एक बुजुर्ग भैन भरा दे नाल उस वेले दर्दनाक हादसा वापर गया जो दोवें भैन भरा एक टिप्पर थले आ गए। इस हादसे के दौरान महिला की बांह टिप्पर थले आने कारण बुरी तरह जख्मी हो गई। उथे बुजुर्ग स्कूटी चालक भी बुरी तरह जख्मी हो गया जिन्होंने एक समाज सेवी वालों मौके पर अस्पताल पहुँचाया गया अते इलाज शुरू करवाया गया। हालांकि मौके उत्ते टिप्पर चालक भी अस्पताल पहुंचा ते उसने भी अपनी सफाई पेश करते हुए कहा कि उसकी कोई गलती नहीं है, बुजुर्गों तो स्कूटी ही असंतुलित हो गई ते यह हादसा वापर गया। जानकारी मुताबिक यह हादसा नंगल अजोली मोड़ प्राइमो कैमिकल चौंक कोल वापरिया। बुजुर्ग स्कूटी सवार भैन भरा नंगल आ रहे सन ते अजोली मोड़ दे कोल दोवें टिप्पर दी चपेट दे विच आ गए। उत्थे जे प्रतख दर्शियां दी मनिए तां टर्न लेंदे हुए यह हादसा वापरिया, जिस तो बाद समाज सेवी अते नगर कौंसल नंगल दे एमसी दीपक नंदा दे वलों दोवें बुजुर्ग भैन भरावां नूं समां रहिंदे सिविल अस्पताल नंगल पहुंचाया गया जिथे डॉक्टरां दे वलों दोवां दा इलाज चल रहा है। फिलहाल पुलिस मौके ते पहुंची अते मामले दी जांच शुरू कर दी है। सुरेंद्र सिंह सुरेंद्र जी कित्थों कित्थे जा रहे सी तुसीं ते असीं नंगलों आ रहे थे जी टालिया ते ਉਹ ਪੀ ਸੀ ਐਲ ਕਿਹੜਾ ਮੋੜ ਆ ਹਾਂ ਪੀ ਸੀ ਐਲ ਤੋਂ ਹਾਂ ਉੱਥੇ ਹੋਇਆ ਕਿਹਦੇ ਨਾਲ ਹੋਇਆ ਇੱਥੇ ਗੱਡੀ ਉਹਦੇ ਨਾਲ ਟਿੱਪਣ ਤੁਹਾਡੇ ਨਾਲ ਕੌਣ ਸੀਗਾ ਕੀ ਲੱਗੇ ਤੁਹਾਡੇ ਮੇਰੀ ਭੈਣ ਲੱਗ ਗਈ ਬਚਾ ਹੋ ਗਿਆ ਉੱਦਾਂ ਉਹਨਾਂ ਲੱਗੀ ਹਾਂ ਉਹਦੀ ਬਾਂਹ ਆ ਗਈ ਗਲਤੀ ਕਿਹਦੀ ਆ ਐਕਸੀਡੈਂਟ ਕਿੱਦਾਂ ਹੋਇਆ ਐਕਸੀਡੈਂਟ ਇਸ ਤਰ੍ਹਾਂ ਹੋਇਆ ਨਾ ਜੀ ਅਤੇ ਅਸੀਂ ਮੈਂ ਤਾਂ ਆਪਣੀ ਸਾਈਡ ਨੂੰ ਦੱਬਦਾ ਰਿਹਾ ਅਤੇ ਮੈਂ ਹੁਣ ਇੱਥੋਂ ਜਾਂਦਾ ਮੈਂ ਇਸ ਦਿਨ ਸਾਨੂੰ ਦੱਬਣੀ ਸੀ ਨਹੀਂ ਉੱਤੋਂ ਦੀ ਜਾ ਕੇ ਗੱਡੀ ਉੱਧਰ ਨੂੰ ਮੋੜਨੀ ਸੀ ਨਹੀਂ ਆਪਣੀ ਇੱਧਰ ਨੂੰ ਅਤੇ ਅਸੀਂ ਜਾਣਦੇ ਇੱਦਾਂ ਅਤੇ ਗੱਡੀ ਨੇ ਟੱਕਰ ਮਾਰਤੀ ਪਹਿਲਾਂ ਮੈਨੂੰ ਮੇਰੀ ਸਕੂਟੀ ਡਿੱਗ ਗਈ ਇਹ ਮੇਰੇ ਉੱਪਰੀਆਂ ਜਾ ਕੇ ਨਾ ਮੋਹਰੇ ਪਈ ਅਤੇ ਫਿਰ ਇਹਦੇ ਹੱਥ ਕਰ ਦੇਖੋ ਅੱਜ ਮੇਰੇ ਵਾਰਡ ਦੇ ਰਹਿਣ ਵਾਲੇ ਨਿਤਿਸ਼ ਕੱਕੜ ਜੀ ਦਾ ਮੈਨੂੰ ਫੋਨ ਆਇਆ ਕਿ ਪ੍ਰਾਈਮੋ ਚੌਂਕ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ ਟਿੱਪਰ ਦਾ ਐਕਟਿਵਾ ਸਵਾਰ ਇੱਕ ਭੈਣ ਭਰਾ ਜਾ ਰਹੇ ਸੀ ਬਜ਼ੁਰਗ ਸੀਗੇ ਉਹ ਟਾਲੀਵਾਲ ਦੇ ਨੰਗਲ ਕਲਾ ਅਤੇ ਨੰਗਲ ਖੁਰਦ ਦੇ ਰਹਿਣ ਵਾਲੇ ਹੈ ਅਤੇ ਉਹ ਨਿਤਿਸ਼ ਜੀ ਨੇ ਦੱਸਿਆ ਕਿ ਅਸੀਂ ਇਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਆਏ ਹਾਂ ਅੱਜ ਕਿਉਂਕਿ ਸੀ ਐੱਮ ਸਾਹਿਬ ਦੀ ਫੇਰੀ ਸੀ ਅਤੇ ਸਾਰੀਆਂ ਐਂਬੂਲੈਂਸਾਂ ਵੀ ਤਕਰੀਬਨ ਉੱਧਰ ਹੀ ਬਿਜ਼ੀ ਸੀਗੀਆਂ ਐਂਬੂਲੈਂਸ ਵੀ ਨਹੀਂ ਮਿਲੀ ਇਹਨਾਂ ਨੂੰ ਮੌਕੇ 'ਤੇ ਇਹ ਆਟੋ ਦੇ ਵਿੱਚ ਪਾ ਕੇ ਉਹਨਾਂ ਨੂੰ ਮਾਤਾ ਜੀ ਨੂੰ ਇੱਥੇ ਅਤੇ ਬਜ਼ੁਰਗਾਂ ਨੂੰ ਲੈ ਕੇ ਆਏ ਹੈ ਐਕਸੀਡੈਂਟ ਇਹ ਟਿੱਪਰ ਜਿਹੜਾ ਨੰਗਲ ਤੋਂ ਆ ਰਿਹਾ ਸੀਗਾ ਟਿੱਪਰ ਨੇ ਉਨੇ ਵੱਲ ਨੂੰ ਜਾਣਾ ਸੀਗਾ ਅਤੇ ਜਿਹੜੇ ਇਹ ਜਿਹੜੇ ਭੈਣ ਭਰਾ ਸੀਗੇ ਬਜ਼ੁਰਗ ਇਹ ਵੀ ਨੰਗਲ ਤੋਂ ਆ ਰਹੇ ਸੀ ਇਹਨਾਂ ਨੇ ਟਾਲੀਵਾਲ ਜਾਣਾ ਸੀ ਅਤੇ ਉੱਥੇ ਚੌਂਕ ਦੇ ਵਿੱਚ ਹੁਣ ਇਹ ਤਾਂ ਰੱਬ ਜਾਣਦਾ ਕਿ ਕਿਹਦੀ ਗਲਤੀ ਹੈ ਕਿਹਦੀ ਨਹੀਂ ਹੈ ਟਿੱਪਰ ਦੇ ਪਿਛਲੇ ਟਾਇਰ ਥੱਲੇ ਬਾਂਹ ਆ ਗਈ ਮਾਤਾ ਜੀ ਦੀ ਔਰ ਬਾਂਹ ਬੁਰੀ ਤਰ੍ਹਾਂ ਡੈਮੇਜ ਹੋ ਗਈ ਹੈ ਅਤੇ ਹੁਣ ਅਸੀਂ ਹਸਪਤਾਲ ਲੈ ਕੇ ਆਏ ਹਾਂ ਹੁਣ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੱਦਿਆ ਅਤੇ ਡਾਕਟਰ ਸਾਹਿਬ ਨਾਲ ਹੁਣੀ ਅਸੀਂ ਸਲਾਹ ਕਰਕੇ ਦੇਖਾਂਗੇ ਅੱਗੇ ਇਹਨਾਂ ਨੂੰ ਕਿੱਥੇ ਰੈਫਰ ਕਰਨਾ ਕਿ ਪੀ ਜੀ ਆਈ ਕਰਨਾ ਜਾਂ ਬੱਤੀ ਕਰਨਾ ਲੇਕਿਨ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਗਹਿਰੀਆਂ ਸੱਟਾਂ ਟਿੱਪਰ ਵਾਲੇ ਵੀ ਇੱਥੇ ਹੀ ਖੜ੍ਹੇ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਆਏ ਹਾਂ ਅਤੇ ਮੌਕੇ 'ਤੇ ਟਿੱਪਰ ਅਜੇ ਅਤੇ ਗੱਡੀ ਉੱਥੇ ਹੀ ਹੈ ਜੀ ਕਿੱਦਾਂ ਪਤਾ ਲੱਗਿਆ ਸਰ ਮੈਂ ਸੰਤੋਖੜ ਵੱਲੋਂ ਆ ਰਿਹਾ ਸੀਗਾ ਗਾੜੀ ਵਾਸ਼ ਕਰਾ ਕੇ ਅਤੇ ਜਿੱਦਾਂ ਹੀ ਮੈਂ ਮੁੜਿਆ ਤਾਂ ਸਾਹਮਣੇ ਟਿੱਪਰ ਦੇ ਥੱਲੇ ਮਾਤਾ ਜੀ ਦੀ ਪੂਰੀ ਬਾਂਹ ਆਈ ਹੋਈ ਸੀਗੀ ਅਤੇ ਉਹਨਾਂ ਦਾ ਸਿਰ ਟਿੱਪਰ ਦੇ ਟਾਇਰ ਦੇ ਵਿੱਚ ਰਿਮ ਦੇ ਵਿੱਚ ਆਇਆ ਹੋਇਆ ਸੀਗਾ ਅਤੇ ਉੱਥੇ ਇੱਕੋ ਦਮ ਜਿੱਦਾਂ ਖੜ੍ਹਿਆ ਤਾਂ ਟਿੱਪਰ ਪਿੱਛੇ ਕਰਾਇਆ ਅਤੇ ਮਾਤਾ ਜੀ ਦੀ ਬਾਂਹ ਪੂਰੀ ਫੱਟ ਚੁੱਕੀ ਸੀਗੀ ਅਤੇ ਨਾਲ ਦੀ ਨਾਲ ਆਟੋ ਆਉਂਦਾ ਹੋਇਆ ਸੀਗਾ ਉਹਨੂੰ ਖੜਾ ਕੇ ਇਹਨਾਂ ਨੂੰ ਆਟੋ ਦੇ ਵਿੱਚ ਬਿਠਾਇਆ ਅਤੇ ਇੱਥੇ ਬਸ ਲੈ ਕੇ ਆਏ ਹਾਂ ਅਸੀਂ ਤਾਂ ਕਿ ਇਲਾਜ ਹੋ ਜਾਵੇ ਟਾਈਮ ਨਾਲ ਠੀਕ ਹੈ ਇਹ ਕਾਹਤੇ ਸੀਗੇ ਤਕੜ ਜੀ ਇਸ ਐਕਟਿਵਾ 'ਤੇ ਸੀਗੇ ਸਕੂਟੀ 'ਤੇ ਸੀਗੇ ਮਾਤਾ ਜੀ ਐਕਸੀਡੈਂਟ ਕਿੱਥੇ ਹੋਇਆ ਇਹ ਪ੍ਰਾਈਮੋ ਚੌਂਕ 'ਤੇ ਹੋਇਆ ਜੀ ਐਕਸੀਡੈਂਟ ਅਜੋਲੀ ਵਾਲੇ ਫਲਾਈਓਵਰ 'ਤੇ ਟਿੱਪਰ ਮੁੜਨ ਲੱਗਿਆ ਜੀ ਡਿੰਡੀਗੇਟ ਲਾਇਆ ਸੀ ਪ੍ਰੋਪਰ ਗੱਡੀ ਖਾਲੀ ਸੀਗੀ ਕੋਈ ਸਪੀਡ ਨਹੀਂ ਸੀ ਫਲਾਈਓਵਰ ਨੂੰ ਟਰਨ ਕਰਨ ਲੱਗੇ ਪਿੱਛੋਂ ਐਕਟਿਵਾ ਇਹਦੀ ਕੰਟਰੋਲ ਨਹੀਂ ਹੋਈ ਇਹਨਾਂ ਤੋਂ ਅਤੇ ਇਹਨਾਂ ਦੀ ਅਨਕੰਟਰੋਲ ਹੋ ਕੇ ਗੱਡੀ ਦੇ ਪਿੱਛੇ ਲੱਗੀ ਸਕੂਟਰੀ ਐਕਟਿਵਾ ਜੀ ਉਹਨਾਂ ਦਾ ਕਹਿਣ ਦਾ ਭਾਵ ਹੈ ਵੀ ਅਸੀਂ ਸਾਈਡ 'ਤੇ ਕਰ ਲਈ ਸੀ ਟਿੱਪਰ ਸਾਡੇ ਵੱਲ ਨੂੰ ਆ ਗਿਆ ਨਹੀਂ ਇੱਦਾਂ ਦੀ ਕੋਈ ਕੁਛ ਨਹੀਂ ਉਹ ਬੋਲੀ ਨਹੀਂ ਕੁਛ ਨਹੀਂ ਬਾਕੀ ਦੇਖ ਲਓ ਕਰ ਲਓ ਇੱਦਾਂ ਦੀ ਕੋਈ ਉਹ ਨਹੀਂ ਹੈਗੀ ਟਿੱਪਰ ਬਰੋ ਉੱਥੇ ਖੜਾਇਆ ਹੋਇਆ ਸੀਗਾ ਬਰਾਬਰ ਇਸ ਵੇਲੇ ਮੌਕੇ 'ਤੇ ਖੜਾਇਆ ਹੋਇਆ ਅਸੀਂ ਨਾਲ ਆਏ ਹੋਏ ਇਲਾਜ ਕਰਾਉਣ ਦੀ ਟਿੱਪਰ ਦਾ ਨੰਬਰ ਕਿਆ ਹੈ ਐਚ ਪੀ 7239 ਦੋ ਪੇਸ਼ੈਂਟਸ ਆਏ ਹੈ ਇੱਕ ਤੋਂ ਸਟੇਬਲ ਹੈ ਦੂਸਰਾ ਪੇਸ਼ੈਂਟ ਹਮ ਆਗੇ ਭੇਜੇਂਗੇ ਔਰਥੋ ਓਪੀਨੀਅਨ ਕੇ ਲਈ ਕੌਣ ਕੌਣ ਹੈ ਨਾਮ ਕਿਆ ਹੈ एक रक्षा देवी है और एक हमारे पास है सुरेंद्र सिंह पता लगा एक्सीडेंट कैसे हुआ कहाँ पे अभी तो पीएसीएल चौक पे हुआ है एक्सीडेंट गाड़ी से ये एक्टिवा पे थे उपचार कर दिया हाँ जी